ਸਾਤਰਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਟੀਵੀ ਮੈਂ ਬਾਰੂਨ ਕਾਰਮਾਨ ਖਬਰਾਂ ਦੇ ਬ੍ਰਿਟਨ ਤੋਂ ਤੁਹਾਡਾ ਸਵਾਗਤ ਪੇਸ਼ ਤੇ ਪਹਿਲਾਂ ਚੁਣਗੀਆਂ ਖਬਰਾਂ 5 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰੇਗਾ ਕੈਨੇਡਾ ਅਮਰੀਕਾ ਤੋਂ ਖਬਰ ਹੈ ਹਾਈਜੈਕ ਹੋਏ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਹੋ ਗਈ ਹੈ ਪਾਇਲਟ ਗ੍ਰਫਤਾਰ 5 ਸਤੰਬਰ ਨੂੰ ਮੁੜ ਖੁੱਲ ਰਿਹਾ ਇਟਲੀ ਦੇ ਪੇਪਰ ਜਮ੍ਹਾਂ ਕਰਨ ਵਾਲਾ ਬੀਐਫਐਸ ਗਲੋਬਲ ਜਲੰਧਰ ਤੇ ਚੰਡੀਗੜ੍ਹ ਦਫ਼ਤਰ ਅਮਰੀਕੀ ਕਾਂਗਰਸ ਦੇ ਮੈਂਬਰ ਐਤਵਾਰ ਨੂੰ ਹੜਪਰਬਾਤ ਪਾਕਿਸਤਾਨ ਦਾ ਕਰਨਗੇ ਦੌਰਾ ਅਮਰੀਕਾ ਚ ਲੱਕੜ ਮਿਲ ਵਿੱਚ ਲੱਗੀ ਅੱਗ ਹਜ਼ਾਰਾਂ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਗਿਆ ਪਹੁੰਚਾਇਆ ਰੂਸ ਦੀ ਵੱਡੀ ਚਿੰਤਾ UN ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਨਹੀਂ ਜਾਰੀ ਕਰ ਰਿਹਾ ਵੀਜ਼ਾ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ ਗੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਵਿੱਚ ਰਹਿ ਰਹੇ ਤਕਰੀਬਨ 5 ਲੱਖ ਪ੍ਰਵਾਸੀਆਂ ਲਈ ਜਸ਼ਨ ਮਨਾਉਣ ਦਾ ਸਮਾਂ ਆ ਗਿਆ ਜੀ ਹਾਂ ਟਰੂ ਡਰੋ ਸਰਕਾਰ ਇਹਨਾਂ ਨੂੰ ਪੱਕਾ ਕਰਨ ਦੀ ਯੋਜਨਾ ਲਈ ਤਿਆਰ ਹੈ ਤਾਂ ਕਿ ਆਰਥਿਕ ਗੁਲਾਮੀ ਦੀਆਂ ਜ਼ੰਜੀਰਾਂ ਵਿੱਚੋਂ ਆਜ਼ਾਦ ਕਰਵਾਇਆ ਜਾ ਸਕੇ ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲੇ ਜ਼ਿਆਦਾਤਰ ਪ੍ਰਵਾਸੀ ਖੇਤਾਂ ਵਿੱਚ ਕੰਮ ਕਰਦੇ ਨੇ ਜਾਂ ਕੰਸਟਰਕਸ਼ਨ ਕੇਅਰ ਗਿਵਿੰਗ ਕਲੀਨਿੰਗ ਅਤੇ ਫੂਡ ਪ੍ਰੋਸੈਸਿੰਗ ਖੇਤਰਾਂ ਵਿੱਚ ਨੀਕੁਣੀ ਤਨਖਾਹ ਤੇ ਕੰਮ ਕਰਨ ਲਈ ਮਜਬੂਰ ਨੇ ਟੋਰਾਂਟੋ ਸਟਾਰ ਦੀ ਰਿਪੋਰਟ ਦੇ ਮੁਤਾਬਕ ਅਜਿਹੇ ਪ੍ਰਵਾਸੀਆਂ ਦਾ ਕੇਵਲ ਆਰਥਿਕ ਸ਼ੋਸ਼ਣ ਨਹੀਂ ਹੋ ਰਿਹਾ ਸਗੋਂ ਮਾਨਸਿਕ ਤਸੀਹੇ ਵੀ ਬਰਦਾਸ਼ਤ ਕਰਨੇ ਪੈ ਰਹੇ ਨੇ ਗਲਗਲਤੀਆਂ ਨੂੰ ਇਮੀਗ੍ਰੇਸ਼ਨ ਅਫਸਰਾਂ ਕੋਲ ਫੜਾਉਣ ਦੀ ਧਮਕੀ ਦਿੱਤੀ ਜਾਂਦੀ ਹੈ ਅਤੇ ਬੇहद ਬਦਤਰ ਹਾਲਾਤਾਂ ਵਿੱਚ ਕੰਮ ਕਰਵਾਇਆ ਜਾਂਦਾ ਹੈ। ਅਮਰੀਕਾ ਦੇ ਸੂਬੇ ਐਮਬੀਸੀਸੀਪੇ ਵਿੱਚ ਇੱਕ ਜਹਾਜ਼ ਦੇ ਪਾਇਲਟ ਵੱਲੋਂ ਜਹਾਜ਼ ਨੂੰ ਕ੍ਰੈਸ਼ ਕਰਨ ਦੀ ਧਮਕੀ ਦੇਣ ਨਾਲ ਹੜਕੰਪ ਮਚ ਗਿਆ। ਕਈ ਘੰਟਿਆਂ ਦੀ ਹਫੜਾ-ਦਫੜੀ ਤੋਂ ਬਾਅਦ ਹੁਣ ਗਵਰਨਰ ਰਟੇਟ ਰਿਵਰਸ ਨੇ ਰਾਹਤ ਦੀ ਖਬਰ ਦਿੰਦਿਆਂ ਕਿਹਾ ਕਿ ਜਹਾਜ਼ ਨੇ ਐਸ਼ਲੈਂਡ ਦੇ ਦੱਖਣ-ਪੱਛਮ ਵਿੱਚ ਇੱਕ ਖੇਤ ਵਿੱਚ ਸੁਰੱਖਿਅਤ ਲੈਂਡ ਕਰ ਲਿਆ ਤੇ ਜਹਾਜ਼ ਪੂਰੀ ਤਰ੍ਹਾਂ ਸੁਰੱਖਿਅਤ ਹੈ। ਦੱਸਦੇ ਕਿ ਪਾਇਲਟ ਨੇ 9 ਸੀਟਾਂ ਵਾਲੇ ਜਹਾਜ਼ ਨੂੰ ਹਾਈਜੈਕ ਕਰਕੇ ਟੁਪੇਲੇ 에ਅਰਪੋਰਟ ਤੋਂ ਉਡਾਣ ਭਰੀ ਸੀ। ਇਸ ਤੋਂ ਬਾਅਦ ਉਹ ਕਈ ਘੰਟਿਆਂ ਤੱਕ ਸ਼ਹਿਰ ਦੇ ਉੱਪਰ ਹੀ ਜਹਾਜ਼ ਨੂੰ ਨਚਾ ਹੋ ਰਿਹਾ ਪਾਇਲਟ ਨੇ ਮੀਸੀਸੀਪੀ ਦੇ ਟੁਪੇਲੋ ਵਿੱਚ ਇੱਕ ਸਥਾਨਕ ਬਾਲਮਾਰਟ ਤੋਂ ਜਾਣ ਬੁਝ ਕੇ ਜਹਾਜ਼ ਨੂੰ ਕ੍ਰੈਸ਼ ਕਰਨ ਦੀ ਧਮਕੀ ਦਿੱਤੀ ਪਾਇਲਟ ਦੀ ਧਮਕੀ ਤੋਂ ਬਾਅਦ ਪ੍ਰਸ਼ਾਸਨ ਨੇ ਲੋਕਾਂ ਨੂੰ ਅਲਰਟ ਕਰ ਦਿੱਤਾ ਸੀ ਪੁਲਿਸ ਨੇ ਖਤਰੇ ਦੀ ਸੰਭਾਵਨਾ ਦੇ ਮੱਦੇਨਜ਼ਰ ਬਾਲਮਾਰਟ ਸਟੋਰ ਨੂੰ ਖਾਲੀ ਕਰਵਾ ਲਿਆ ਇਹ ਘਟਨਾ ਸਵੇਰੇ 5 ਵਜੇ ਵਾਪਰੀ ਪਾਇਲਟ ਦੀ ਇਸ ਧਮਕੀ ਤੋਂ ਬਾਅਦ ਪੁਲਿਸ ਅਤੇ ਹੋਰ ਅਧਿਕਾਰੀ ਮੌਕੇ ਤੇ ਪਹੁੰਚ ਗਏ ਦੱਸਿਆ ਜਾ ਰਿਹਾ ਕਿ ਅਧਿਕਾਰੀਆਂ ਦੀ ਕਾਫੀ ਕੋਸ਼ਿਸ਼ ਤੋਂ ਬਾਅਦ ਕਿਸੇ ਤਰ੍ਹਾਂ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਹੋਈ ਹੈ ਪੁਲਿਸ ਨੇ ਜਹਾਜ਼ ਦੇ ਪਾਇਲਟ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਤੋਂ ਪੁੱਛਗਿੱਛ ਚੱਲੀ ਹੈ ਪਾਇਲਟ ਵੱਲੋਂ ਜਹਾਜ਼ ਨੂੰ ਕ੍ਰੈਸ਼ ਕਰਨ ਦੀ ਧਮਕੀ ਦਿੱਤੇ ਜਾਣ ਤੋਂ ਬਾਅਦ ਅਧਿਕਾਰੀ ਭੜਕ ਗਏ ਸਨ ਕਾਲੇ ਵਿੱਚ ਅਧਿਕਾਰੀਆਂ ਨੇ ਵੀ ਇਲਾਕਾ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਨਾਗਰਿਕਾਂ ਨੂੰ ਉਥੋਂ ਸੁਰੱਖਿਅਤ ਸਥਾਨ ਤੇ ਪਹੁੰਚਾ ਦਿੱਤਾ ਗਿਆ ਤੇ ਪ੍ਰਸ਼ਾਸਨ ਵੱਲੋਂ ਅਗਲੇ ਹੁਕਮਾਂ ਤੱਕ ਉਹਨਾਂ ਨੂੰ ਇਲਾਕੇ ਤੋਂ ਦੂਰੀ ਬਣਾ ਕੇ ਰੱਖਣ ਦੇ ਨਿਰਦੇਸ਼ ਦਿੱਤੇ ਗਏ ਦੱਸਿਆ ਜਾ ਰਿਹਾ ਕਿ ਇਸ ਦੌਰਾਨ ਟੁਪੋਲੋ ਪੁਲਿਸ ਅਧਿਕਾਰੀ ਜਹਾਜ਼ ਦੇ ਪਾਇਲਟ ਦੇ ਲਗਾਤਾਰ ਸੰਪਰਕ ਵਿੱਚ ਸਨ ਅਧਿਕਾਰੀ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ ਕਿ ਪਾਇਲਟ ਕਿਸੇ ਵੀ ਤਰ੍ਹਾਂ ਉਹਨਾਂ ਦਾ ਕਹਿਣਾ ਮੰਨ ਕੇ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਉਣ ਆਖਰਕਾਰ ਅਧਿਕਾਰੀਆਂ ਦੀ ਮਿਹਨਤ رنگ ਲਿਆਈ ਅਤੇ ਉਹ ਪਾਇਲਟ ਨੂੰ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਉਣ ਵਿੱਚ ਕਾਮਯਾਬ ਰਹੇ ਉਹਨਾਂ तमाम ਮੁਰਜਾਏ ਚਿਹਰਿਆਂ ਤੇ ਪਲਾਂਚੀ ਲਾਲੀ ਛਾ ਜਾਏਗੀ ਜਿਹੜੇ ਪੰਜਾਬ ਵਿੱਚ VFS گلوبل ਜਲੰਧਰ ਤੇ ਚੰਡੀਗੜ੍ਹ ਦੇ ਦਫ਼ਤਰ ਬੰਦ ਹੋਣ ਕਾਰਨ ਅਖੌਤੀ ਠੱਗ ट्रैवल ਏਜੰਟਾਂ ਤੋਂ ਇਟਲੀ ਐਮਬੈਸੀ ਦਿੱਲੀ ਵਿੱਚ ਇਟਲੀ ਦਾ ਵੀਜ਼ਾ ਲੈਣ ਲਈ ਆਪਣੇ ਲੁੱਟ ਕਰਵਾਉਣ ਲਈ ਮਜਬੂਰ ਸਨ ਕਈ ਨੌਜਵਾਨ ਬੇਬਸੀ ਵਿੱਚ ਇਨ੍ਹਾਂ ਏਜੰਟਾਂ ਕੋਲ ਹਜ਼ਾਰਾਂ ਰੁਪਏ ਦੇ ਕੇ ਵੀ ਧੱਕੇ ਖਾ ਰਹੇ ਸਨ ਤੇ ਇਹ ਠੱਗੇ ਏਜੰਟ ਉਹਨਾਂ ਨੂੰ ਮਿੱਠੀਆਂ ਗੋਲੀਆਂ ਦੇਣ ਦੇ ਹੋਰ ਕੁਝ ਨਹੀਂ ਦੇ ਰਹੇ ਜਦੋਂ ਉਹਨਾਂ ਨੌਜਵਾਨਾਂ ਨੇ ਇਹ ਖਬਰ ਪੜੀ ਕਿ ਪਿਛਲੇ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਜਲੰਧਰ ਅਤੇ ਰਾਜਤਾਨੀ ਚੰਡੀਗੜ੍ਹ ਵਿੱਚ ਸਥਿਤ ਬੀ ਐਫ ਐਸ ਗਲੋਬਲ ਦਫ਼ਤਰ 5 ਸਤੰਬਰ ਦਿਨ ਤੋਂ ਬਾਅਦ ਤੋਂ ਮੁੜ ਖੁੱਲ ਰਹੇ ਨੇ ਜਿਨ੍ਹਾਂ ਰਾਹੀਂ ਬਿਨੇਕਾਰ ਇਟਲੀ ਦੇ ਵੀਜ਼ੇ ਲਈ ਅਰਜ਼ੀਆਂ ਇਹਨਾਂ ਦਫ਼ਤਰਾਂ ਵਿੱਚ ਜਮ੍ਹਾਂ ਕਰਵਾ ਸਕਦੇ ਨੇ ਇਹ ਮਹੱਤਵਪੂਰਨ ਜਾਣਕਾਰੀ ਬੀ ਐਫ ਐਸ ਗਲੋਬਲ ਵੱਲੋਂ ਆਪਣੀ ਵੈਬਸਾਈਟ ਰਾਹੀਂ ਨਸ਼ਰ ਹੋ ਚੁੱਕੀ ਹੈ ਜ਼ਿਕਰਯੋਗ ਹੈ ਕਿਨਾਂ ਦਫ਼ਤਰਾਂ ਦੇ ਬੰਦ ਹੋਣ ਨਾਲ ਉਹਨਾਂ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਸੀ ਜਿਨ੍ਹਾਂ ਨੇ ਇਟਲੀ ਕਾਮ ਕਰਨ ਜਾਂ ਪਰਿਵਾਰ ਕੋਲ ਜਾਣਾ ਸੀ ਦਿੱਲੀ ਵਿੱਚ ਸਥਿਤ ਇਟਲੀ ਐਮਬੈਸੀ ਬਿਨੇ ਕਰਤਾ ਨੂੰ ਸੌਖੇ ਢੰਗ ਨਾਲ ਪੇਪਰ ਜਮ੍ਹਾਂ ਕਰਵਾਉਣ ਦਾ ਸਮਾਂ ਨਹੀਂ ਦੇ ਰਹੀ ਜਿਸ ਕਾਰਨ ਕੁਝ ਅਖੌਤੀ ਠਾਕੇ ਏਜੰਟਾਂ ਨੇ ਇਟਲੀ ਐਂਬੈਸਡਰੀ ਦਿੱਲੀ ਵਿੱਚ ਪੇਪਰ ਜਮ੍ਹਾਂ ਕਰਵਾਉਣ ਦੀ ਤਾਰੀਖ ਲੈ ਕੇ ਦੇਣ ਲਈ ਮਜਬੂਰ ਲੋਕਾਂ ਨੂੰ ਦੋਵੇਂ ਹੱਥੀ ਰਾਜ ਕੇ ਲੁੱਟਿਆ ਤੇ ਸੈਂਕੜਿਆਂ ਵਿੱਚ ਮਿਲਣ ਵਾਲੀ ਪੇਪਰ ਜਮ੍ਹਾਂ ਕਰਵਾਉਣ ਵਾਲੀ ਤਾਰੀਖ ਦੀ ਲੱਖ ਤੋਂ ਉੱਪਰ ਨਿਲਾਮੀ ਕੀਤੀ ਪਰ ਸਿਆਣਿਆਂ ਕਿ ਹਾਸ ਤੋਂ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਪੌਂਗੜ ਜਲੰਧਰ ਤੇ ਚੰਡੀਗੜ੍ਹ ਦੇ ਦਫ਼ਤਰ ਖੁੱਲਣ ਨਾਲ ਹੁਣ ਇਸ ਗੋਰਖ ਧੰਦੇ ਨੂੰ ਠਲ ਪੈ ਜਾਏਗੀ ਕੁਝ ਨੌਜਵਾਨ ਦਾ ਠੱਗ ਏਜੰਟਾਂ ਖਿਲਾਫ ਕੇਸ ਦਰਜ ਨੂੰ ਵੀ ਗਰਮ ਦੇਖੇ ਗਏ ਅਮਰੀਕੀ ਸੰਸਦ ਮੈਂਬਰ ਸੀਲਾ ਸੈਕਸ਼ਨ ਅਤੇ ਟੌਮ ਸਾਵਾਜੀ ਸ਼ਨੀਵਾਰ ਨੂੰ ਹੜ੍ਹ ਪ੍ਰਭਾਵਿਤ ਪਾਕਿਸਤਾਨ ਦੇ ਦੋ ਦਿਨਾਂ ਦੌਰੇ ਤੇ ਪੀੜਤਾਂ ਨਾਲ ਇੱਕ ਜੁੜਤਾ ਦਿਖਾਉਣ ਦੇ ਲਈ ਰਵਾਨਾ ਹੋਏ ਜ਼ੀਓ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਅਮਰੀਕੀ ਕਾਂਗਰਸ ਦੇ ਮੈਂਬਰ ਐਤਵਾਰ ਨੂੰ ਦੇਸ਼ ਪਹੁੰਚਣ ਅਤੇ ਸਿੰਧ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਪਾਕਿਸਤਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਜੈਕਸਨ ਨੇ ਇੱਕ ਨਿਊਜ਼ ਕਾਨਫਰੰਸ ਨੂੰ ਕਿਹਾ ਕਿ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਅਤੇ ਹੜ੍ਹ ਪੀੜਤਾਂ ਦੀ ਮਦਦ ਲਈ ਹਰ ਸੰਭਵ ਕਦਮ ਚੁੱਕਣਗੇ ਅਮਰੀਕੀ ਸੰਸਦ ਮੈਂਬਰਾਂ ਨੇ ਕਿਹਾ ਪਾਕਿਸਤਾਨ ਵਿੱਚ ਹੜ੍ਹਾਂ ਦੀ ਤਬਾਹੀ 30 ਮਿਲੀਅਨ ਤੋਂ ਵੱਧ ਪ੍ਰਭਾਵਿਤ ਹੋਣ ਦੇ ਨਾਲ ਵਿਨਾਸ਼ਕਾਰੀ ਹੈ ਅਸੀਂ ਇੰਤਜ਼ਾਰ ਨਹੀਂ ਕਰ ਸਕਦੇ ਅਤੇ ਲੋਕ ਮਰ ਜਾਣਗੇ ਜੈਕਸਨ ਨੇ ਕਿਹਾ ਪਾਕਿਸਤਾਨ ਕੌਕਸ ਦੇ ਚੇਅਰਮੈਨ ਹੋਣ ਦੇ ਨਾਤੇ ਕੌਕਸ ਦੇ ਮੁਖੀ ਲਗਾਤਾਰ ਸਹਾਇਤਾ ਲਈ ਸਾਡੇ ਸਹਿਯੋਗੀਆਂ ਨਾਲ ਕੰਮ ਕਰਨਗੇ ਹੁਣ ਰਾਹਤ ਦਾ ਸਮਾਂ ਆ ਗਿਆ ਜੀਓ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਜਰਨਲ ਮਾਈਕਲ ਨੇ ਪਾਕਿਸਤਾਨ ਦੇ ਫੌਜ ਮੁਖੀ ਜਰਨਲ ਕਮਰ ਜਾਵੈਦ ਬਾਜਬਾ ਨਾਲ ਟੈਲੀਫੋਨ ਰਾਹੀਂ ਗੱਲ ਕੀਤੀ ਅਤੇ ਦੇਸ਼ ਵਿੱਚ ਇਤਿਹਾਸਕ ਹੜ੍ਹਾਂ ਚੋਈ ਜਾਨੀ ਨੁਕਸਾਨ ਤੇ ਸੋਗ ਪ੍ਰਗਟ ਕੀਤਾ ਖਾਸ ਤੌਰ ਤੇ ਸੰਯੁਕਤ ਰਾਜ ਅਮਰੀਕਾ ਨੇ ਮੰਗਲਵਾਰ ਨੂੰ ਪਾਕਿਸਤਾਨ ਵਿੱਚ ਗੰਭੀਰ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਤੇ ਪਾਈਚਾਰਿਆਂ ਦੀ ਸਹਾਇਤਾ ਲਈ ਜੀਵਨ ਰੱਖਿਆਕ ਮਾਨਵਤਾਵਾਦੀ ਸਹਾਇਤਾ ਵਿੱਚ 30 ਮਿਲੀਅਨ ਅਮਰੀਕੀ ਡਾਲਰ ਦੀ ਵਾਧੂ ਸਹਾਇਤਾ ਦੀ ਘੋਸ਼ਣਾ ਕੀਤੀ ਬਿਆਨ ਦੇ ਮੁਤਾਬਕ ਅਮਰੀਕਾ ਸਥਾਨਕ ਪਾਈਬਾਣਾ ਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸੰਕਟ ਦੀ ਨਿਗਰਾਨੀ ਕਰਨਾ ਜਾਰੀ ਰੱਖੇਗਾ ਤੁਰੰਤ ਲੜਿੰਦੀ ਮਾਨਵਤਾਵਾਦੀ ਸਹਾਇਤਾ ਵਿੱਚ 30 ਮਿਲੀਅਨ ਡਾਲਰ ਤੋਂ ਇਲਾਵਾ ਸੰਯੁਕਤ ਰਾਜ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ 1.1 ਮਿਲੀਅਨ ਡਾਲਰ ਤੋਂ ਵੱਧ ਗ੍ਰਾਂਟਾਂ ਅਤੇ ਪ੍ਰੋਜੈਕਟ ਸਹਾਇਤਾ ਪ੍ਰਦਾਨ ਕੀਤੀ ਹੈ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਸਹਾਇਤਾ ਉਹਨਾਂ ਭਾਈਚਾਰਿਆਂ ਤੱਕ ਸਿੱਧੇ ਪਹੁੰਚ ਸਕੇ ਅਤੇ ਭਵਿੱਖ ਵਿੱਚ ਹੜ੍ਹਾਂ ਦੇ ਪ੍ਰਭਾਵ ਨੂੰ ਘਟਾਉਣ ਅਤੇ ਰੋਕਣ ਵਿੱਚ ਮਦਦ ਕੀਤੀ ਜਾ ਸਕੇ ਅਮਰੀਕਾ ਦੇ ਪੱਛਮੀ ਰਾਜ ਕੈਲੀਫੋਰਨੀਆ ਵਿੱਚ ਇੱਕ ਲੱਕੜ ਮਿੱਲ ਵਿੱਚ ਲੱਗੀ ਅੱਗ ਤੇਜ਼ ਹਵਾਵਾਂ ਚੱਲਣ ਕਾਰਨ ਪਿੰਡੂ ਖੇਤਰਾਂ ਵਿੱਚ ਫੈਲ ਗਈ ਜਿਸ ਕਾਰਨ ਸ਼ਨੀਵਾਰ ਨੂੰ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਉਣਾ ਪਿਆ ਸ਼ੁੱਕਰਵਾਰ ਦੁਪਹਿਰ ਨੂੰ ਲੱਕੜ ਦੇ ਉਤਪਾਦ ਬਣਾਉਣ ਵਾਲੀ ਫੈਕਟਰੀ ਵਿੱਚ ਜਾਂ ਉਸ ਦੇ ਨੇੜੇ ਲੱਗੀ ਅੱਗ ਸੂਬੇ ਦੇ ਉੱਤਰੀ ਖੇਤਰ ਵੀੜ ਵਿੱਚ ਫੈਲ ਗਈ ਸਥਾਨਕ ਫਾਇਰ ਸਰਵਿਸ ਦੇ ਬੁਲਾਰੇ ਸੂਜੀ ਬ੍ਰੈਡਿ ਨੇ ਦੱਸਿਆ ਕੀ ਅੱਗ ਵਿੱਚ ਕਈ ਲੋਕ ਜ਼ਖਮੀ ਹੋਏ ਨੇ ਡਿਗਨਿਟੀ ਹੈਲਥ ਨਾਰਥ ਸਟੇਟ ਹਸਪਤਾਲ ਦੀ ਮਹਿਲਾ ਬੁਲਾਰਾ ਐਲਿਸਨ ਹੈਂਡ੍ਰਿਕਸਨ ਨੇ ਕਿਹਾ ਕਿ ਦੋ ਜ਼ਖਮੀਆਂ ਨੂੰ ਮਰਸੀ ਮੈਡੀਕਲ ਸੈਂਟਰ ਮਾਉਂਟ ਸ਼ਾਸਟਾ ਲਿਆਂਦਾ ਗਿਆ ਇਹਨਾਂ ਵਿੱਚੋਂ ਇੱਕ ਦੀ ਹਾਲਤ ਸਥਿਰ ਹੈ ਜਦਕਿ ਦੂਜੇ ਨੂੰ ਯੂਸੀ ਡੇਵਿਸ ਮੈਡੀਕਲ ਸੈਂਟਰ ਭੇਜਿਆ ਗਿਆ ਸਪ੍ਰਿੰਗਫੀਲਡ ਓਰੇਗਨ ਵਿੱਚ ਰੂਜ਼ਬਰਗ ਫੋਰੈਸਟ ਉਤਪਾਦਾਂ ਦੀ ਸੰਚਾਰ ਨਿਰਦੇਸ਼ਕ ਰਾਵਿਕਾ ਟੇਲਰ ਨੇ ਕਿਹਾ ਕਿ ਸਪਸ਼ਟ ਹੈ ਕਿ ਅੱਗ ਕੰਪਨੀ ਦੇ ਕੰਪਲੈਕਸ ਵਿੱਚ ਜਾਂ ਇਸ ਦੇ ਨੇੜੇ ਲੱਗੀ ਸੀ ਉਹਨਾਂ ਨੇ ਕਿਹਾ ਕਿ ਸਾਰੇ ਕਰਮਚਾਰੀਆਂ ਨੂੰ ਕੰਪਲੈਕਸ ਵਿੱਚੋਂ ਬਾਹਰ ਕੱਢ ਲਿਆ ਗਿਆ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਅੱਗ 52 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਜ਼ਰੀਏ ਦਾਸ 0. 3 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲ ਗਈ ਸ਼ੌਸਟਾ ਵਿਊ ਨਰਸਿੰਗ ਸੈਂਟਰ ਦੇ ਮੈਡੀਕਲ ਡਾਇਰੈਕਟਰ ਡਾਕਟਰ ਡੇ ਬੋਹਰਾ ਹਾਈਗਰ ਨੇ ਕਿਹਾ ਕਿ ਹਸਪਤਾਲ ਵਿੱਚ ਦਾਖਲ ਤਈ ਵਿੱਚੋਂ 20 ਮਰੀਜ਼ਾਂ ਨੂੰ ਸਥਾਨਕ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਜਦੋਂ ਕਿ ਤਿੰਨ ਨੂੰ ਉਹਨਾਂ ਦੇ ਘਰਾਂ ਵਿੱਚ ਰੱਖਿਆ ਗਿਆ ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਰਾਜਦੂਤ ਵੈਸੀਲੀ ਨੇ ਬੀਜ਼ਿਆ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮहासਭਾ ਚ ਵਿਸ਼ਵ ਨੇਤਾਵਾਂ ਦੀ ਸਲਾਹਨਾ ਬੈਠਕ ਚ ਤਿੰਨ ਹਫ਼ਤਿਆਂ ਤੋਂ ਵੀ ਘੱਟ ਸਮਾਂ ਬਾਕੀ ਰਹਿਣ ਦੇ ਮੱਦੇਨਜ਼ਰ ਹੀ ਚਿੰਤਾਜਨਕ ਹੈ ਕਿ ਵਿਦੇਸ਼ ਮੰਤਰੀ ਸਰਗੇਈ ਦਯਾਗਵਾਈ ਵਾਲੇ 55 ਮੈਂਬਰੀ ਬਫਤ ਦੇ ਇੱਕ ਵੀ ਮੈਂਬਰ ਨੂੰ ਅਜੇ ਤੱਕ ਅਮਰੀਕਾ ਚ ਦਾਖਲ ਹੋਣ ਲਈ ਵੀਜ਼ਾ ਜਾਰੀ ਨਹੀਂ ਕੀਤਾ ਗਿਆ ਸੰਯੁਕਤ ਰਾਸ਼ਟਰ ਦੇ ਸੱਤਰ ਜਨਰਲ ਐਂਟੋਨੀਓ ਗੁਟਰੇਸ ਨੂੰ ਲਿਖੇ ਇੱਕ ਪੱਤਰ ਵਿੱਚ ਨਿਬੰਧੀਆਂ ਨੇ ਕਿਹਾ ਇਹ ਹੋਰ ਵੀ ਚਿੰਤਾਜਨਕ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਅਮਰੀਕੀ ਅਧਿਕਾਰੀ ਸੰਯੁਕਤ ਰਾਸ਼ਟਰ ਦੇ ਅਧਿਕਾਰਤ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਅਧਿਕਾਰਤ ਰੂਸ ਤੇ ਪ੍ਰਤੀਨਿਧੀਆਂ ਨੂੰ ਦਾਖਲ ਵੀਜ਼ਾ ਦੇਣ ਤੋਂ ਲਗਾਤਾਰ ਇਨਕਾਰ ਕਰ ਰਹੇ ਨੇ ਇਸ ਪੱਤਰ ਦੀ ਕਾਪੀ ਸ਼ੁੱਕਰਵਾਰ ਰਾਤ ਨੂੰ ਮਿਲੀ ਰੂਸੀ ਰਾਸ਼ਦੂਤ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦਾ ਮੇਜ਼ਬਾਨ ਦੇਸ਼ ਅਮਰੀਕਾ ਕਾਨੂੰਨੀ ਤੌਰ ਤੇ ਵੀਜ਼ਾ ਜਾਰੀ ਕਰਦਾ ਹੈ। ਉਹਨਾਂ ਨੇ ਕਿਹਾ ਕਿ 19 ਸਤੰਬਰ ਤੋਂ ਸ਼ੁਰੂ ਹੋ ਰਹੀ ਸੰਯੁਕਤ ਰਾਸ਼ਟਰ ਦੀ ਉੱਚ ਪੱਧਰੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਇੱਕ ਅਰਜ਼ੀ ਮਾਸਕੋ ਸਥਿਤ ਅਮਰੀਕੀ ਦੂਤਕਰਨ ਨੂੰ ਸੌਂਪੀ ਜਾ ਚੁੱਕੀ ਹੈ। ਨਿਬੈਂਜ਼ੀਆ ਨੇ ਗੁਤਾਰੇਸ਼ ਨੂੰ ਅਮਰੀਕੀ ਅਧਿਕਾਰੀਆਂ ਨੂੰ ਇੱਕ ਵਾਰ ਫਿਰ ਬਦਲਾ ਦਬਾਅ ਵਧਾਉਣ ਦੀ ਅਪੀਲ ਕੀਤੀ ਹੈ ਕਿ ਉਹ ਸਾਰੇ ਰੂਸੀ ਪ੍ਰਤੀਨਿਧਾਂ ਅਤੇ ਪੱਤਰਕਾਰਾਂ ਸਮੇਤ ਉਹਨਾਂ ਦੇ ਨਾਲ ਆਉਣ ਵਾਲੇ ਲੋਕਾਂ ਨੂੰ ਜਲਦ ਵੀਜ਼ਾ ਜਾਰੀ ਕਰਨ। ਜ਼ਿਕਰਯੋਗ ਹੈ ਕਿ ਮਾਰਕਾ ਤੇ ਰੂਸ ਦਰਮਿਆਨ ਪਹਿਲਾਂ ਤੋਂ ਹੀ ਖਰਾਬ ਰਿਸ਼ਤਾ ਮਾਸਕੋ ਵੱਲੋਂ ਯੂਕਰੇਨ 'ਤੇ 24 ਫਰਵਰੀ ਨੂੰ ਹਮਲਾ ਕੀਤੇ ਜਾਣ ਤੋਂ ਬਾਅਦ ਹੋਰ ਵਿਗੜ ਗਿਆ ਹੈ ਇਸ ਦੌਰਾਨ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਅਮਰੀਕਾ ਮੇਜ਼ਬਾਨ ਦੇਸ਼ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲੈਂਦਾ ਹੈ ਅਤੇ ਸੰਯੁਕਤ ਰਾਸ਼ਟਰ ਦੇ ਸਮਾਗਮਾਂ ਵਿੱਚ ਰੂਸੀ ਪ੍ਰਤੀਨਿਧੀਆਂ ਨੂੰ ਹਰ ਸਾਲ ਸੈਂਕੜੇ ਵੀਜ਼ੇ ਜਾਰੀ ਕੀਤੇ ਜਾਂਦੇ ਨੇ ਬੁਲਾਰੇ ਨੇ ਕਿਹਾ ਕਿ ਸਾਰੇ ਵੀਜ਼ਾ ਜਾਰੀ ਕਰਨ ਲਈ ਅਸੀਂ बार-बार ਸੰਯੁਕਤ ਰਾਸ਼ਟਰ ਵਿੱਚ ਰੂਸੀ ਮਿਸ਼ਨ ਨੂੰ ਜਾਲ ਦਵਾਉਂਦੇ ਹਾਂ ਕਿ ਅਮਰੀਕਾ ਨੂੰ ਜਲਦੀ ਤੋਂ ਜਲਦੀ ਅਰਜ਼ੀਆਂ ਭੇਜੀਆਂ ਜਾਣੀਆਂ ਚਾਹੀਦੀਆਂ ਨੇ ਉਹਨਾਂ ਨੇ ਕਿਹਾ ਕਿ ਇਹ ਖਾਸ ਤੌਰ ਤੇ ਮਹੱਤਮਪੂਰਨ ਹੈ ਕਿਉਂਕਿ ਰੂਸ ਵਿੱਚ ਸਾਡੇ ਦੂਤ ਕਰਦੇ ਖਿਲਾਫ ਰੂਸ ਦੀ ਗੈਰ ਵਾਜਬ ਕਾਰਵਾਈ ਨਾਲ ਸਾਡੇ ਕਰਮਚਾਰੀਆਂ ਦੀ ਸੰਖਿਆ ਤੇ ਵੀਜ਼ਾ ਜਾਰੀ ਕਰਨ ਦੀ ਸਾਡੀ ਯੋਗਤਾ ਪ੍ਰਭਾਵਿਤ ਹੋਈ ਹੈ। ਭਾਰਤੇ ਮੋਲ ਦੇ ਪ੍ਰੋਫੈਸਰ ਸਵਾਤੀ ਅਰੂਰ ਨੂੰ ਨੈਸ਼ਨਲ ਅਕੈਡਮੀ ਆਫ ਮੈਡੀਸਨ ਨੇ ਸਾਲ 2022 ਲਈ ਅਮਰਜਿੰਗ ਲੀਡਰ ਇਨ ਹੈਲਥ ਐਂਡ ਮੈਡੀਸਨ ਸਕਾਲਰ ਵਜੋਂ ਚੁਣਿਆ। अरूर टेक्सास यूनिवर्सिटी ਦੇ ਐਮਡੀ ਐਂਡਰਸਨ ਕੈਂసర్ ਸੈਂਟਰ ਵਿੱਚ ਜੈਨੇਟਿਕਸ ਦੀ ਪ੍ਰੋਫੈਸਰ ਅਤੇ ਉਪ ਪ੍ਰਧਾਨ ਹੈ ਐਂਡੀ ਐਂਡਰਸ ਦੀ ਸਥਾਪਨਾ 2016 ਵਿੱਚ ਕੀਤੀ ਗਈ ਸੀ ਅਤੇ अरूर ਇਸ ਵਕਾਰਿਸ ਮੂਵ ਵਿੱਚ ਸ਼ਾਮਲ ਕੀਤੀ ਜਾਣ ਵਾਲੀ ਫੈਕਲਟੀ ਦੀ ਪਹਿਲੀ ਮੈਂਬਰ ਹੈ ਸਿਹਤ ਸੇਵਾਵਾਂ ਵਿੱਚ ਸੁਧਾਰ ਨੂੰ ਲੈ ਕੇ ਉਹਨਾਂ ਦਾ ਜਨੂੰਨ ਉਦੋਂ ਜਗ ظاہر ਹੋਇਆ ਜਦੋਂ 1991-1994 ਵਿੱਚ ਦਿੱਲੀ ਯੂਨੀਵਰਸਿਟੀ ਵਿੱਚ ਗ੍ਰੈਜੂਏਸ਼ਨ ਕਰ ਰਹੀ ਸੀ ਅਤੇ ਉਹਨਾਂ ਨੇ ਐਚਆਈਵੀ ਪੀੜਤ ਬੱਚਿਆਂ ਦੀ ਬਿਹਤਰ ਦੇਖਭਾਲ ਲਈ ਇੱਕ ਗੈਰ ਸਰਕਾਰੀ ਐਨਜੀਓ ਦੀ ਸ਼ੁਰੂਆਤ ਕੀਤੀ ਸੀ ਅਰੂਰ ਨੇ 2001 ਵਿੱਚ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਜਾਨਕੀ ਐਮਸ ਤੋਂ ਮਾਈਕਰੋਬਾਇਓਲੋਜੀ ਵਿੱਚ ਪੀਐਚਡੀ ਕੀਤੀ ਅਤੇ ਇਸ ਤੋਂ ਬਾਅਦ ਕਨੈਕਟਿਕਟ ਯੂਨੀਵਰਸਿਟੀ ਤੋਂ ਮਾਸਟਰਸ ਦੀ ਡਿਗਰੀ ਕੀਤੀ ਅਮਰੀਕਾ ਨੇ ਕਿਹਾ ਹੈ ਕਿ ਉੱਵਿਕਸਤ ਦੇਸ਼ਾਂ ਦੇ ਸਮੂਹ ਜੀ 7 ਦੇ ਐਲਾਨ ਮੁਤਾਬਕ ਰੂਸੀ ਤੇਲ ਦੀ ਦਰਮਾਤ ਇਕ ਪ੍ਰਾਈਸ ਲਿਮਿਟ ਲਾਗੂ ਕਰਾਉਣ ਲਈ ਵਚਨਬੱਧ ਹੈ ਅਮਰੀਕਾ ਨੇ ਕਿਹਾ ਕਿ ਗੈਰ ਕਾਨੂੰਨੀ ਜੰਗਲੇ ਤਨ ਜਟਾਉਣ ਦੇ ਮੁੱਖ ਸਰੋਤ ਨੂੰ ਪ੍ਰਭਾਵਿਤ ਕਰੇਗਾ ਇਸ ਤੋਂ ਇਲਾਵਾ ਇਸ ਕਦਮ ਨਾਲ ਅਮਰੀਕਾ ਨੂੰ ਤੇਜ਼ੀ ਨਾਲ ਵੱਧਦੀ ਗਲੋਬਲ ਮਹਿੰਗਾਈ ਨਾਲ ਲੜਨ ਚ ਮਦਦ ਮਿਲਣ ਦੀ ਵੀ ਉਮੀਦ ਹੈ ਜੀ 7 ਸਮੂਹ ਦੇ ਮੈਂਬਰ ਦੇਸ਼ਾਂ ਨੇ ਸ਼ੁੱਕਰਵਾਰ ਨੂੰ ਰੂਸੀ ਤੇਲ ਦੀ ਦਰਮਾਤ ਤੇ ਪ੍ਰਾਈਸ ਲਿਮਿਟ ਲਾਗੂ ਕਰਨ ਲਈ ਤੁਰੰਤ ਕਦਮ ਅਠਾਉਣ ਦਾ ਸੰਕਲਪ ਜਤਾਇਆ ਰੂਸ ਆਪਣੇ ਕੱਚੇ ਤੇਲ ਦੀ ਵਿਕਰੀ ਤੋਂ ਮਿਲਣ ਵਾਲੇ ਧਨ ਦਾ ਇਸਤੇਮਾਲ ਯੂਕਰੇਨ ਖਿਲਾਫ جاری ਫੌਜੀ ਕਾਰਵਾਈ ਚ ਕਰ ਰਿਹਾ ਇਸ ਵਿੱਤੀ ਸਰੋਤ ਨੂੰ ਕਮਜ਼ੋਰ ਕਰਨ ਲਈ G7 ਰੂਸੀ ਤੇਲ ਦੀ ਇੱਕ ਲਿਮਿਟ ਤੈਅ ਕਰਨਾ ਚਾਹੁੰਦਾ ਹੈ G7 ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਰੂਸ ਤੋਂ ਤੇਲ ਦੀ ਖਰੀਦ ਦੀ ਇੱਛਾ ਰੱਖਣ ਵਾਲੇ ਸਾਰੇ ਦੇਸ਼ਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਨਿਰਧਾਰਿਤ ਪ੍ਰਾਈਸ ਲਿਮਿਟ ਘੱਟ ਤਰੇਖ ਤੋਂ ਹੀ ਰੂਸ ਤੋਂ ਤੇਲ ਦੀ ਖਰੀਦ ਕਰਨ G7 ਸਮੂਹ ਵਿੱਚ ਬ੍ਰਿਟੇਨ, ਅਵਾਰੀਕਾ, ਕੈਨੇਡਾ, ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਨੇ ਇਹ ਦੁਨੀਆ ਦੀਆਂ ਸਭ ਤੋਂ ਸੱਤ ਵੱਡੀਆਂ ਅਤੇ ਮੋਰੀ ਆਰਥਿਕ ਵਿਵਸਥਾਵਾਂ ਦਾ ਸੰਗਠਨ ਹੈ ਜਿਸ ਦਾ ਗਲੋਬਲ ਵਪਾਰ ਅਤੇ ਕੁਮਾਂਤਰੀ ਫੰਡਿੰਗ ਵਿਵਸਥਾ ਤੇ ਦਬਦਬਾ ਹੈ ਅਮਰੀਕੀ ਰਾਸ਼ਟਰਪਤੀ ਦਫ਼ਤਰ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰਨ ਜ਼ੀਨ ਪੇਰੇ ਨੇ ਸ਼ੁੱਕਰਵਾਰ ਨੂੰ ਇੱਥੇ ਨਿਯਮਿਤ ਪ੍ਰੈਸ ਬਰੀਫਿੰਗ ਵਿੱਚ ਕਿਹਾ ਕਿ ਰੂਸੀ ਤੇਲ ਦਰਅਮਧ ਤੇ ਪ੍ਰਾਈਸ ਲਿਮਿਟ ਤੈਅ ਕਰਨਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਇਹ ਗਲੋਬਲ ਊਰਜਾ ਕੀਮਤਾਂ ਨੂੰ ਇਸ ਤਰ੍ਹਾਂ ਦੇ ਕੰਮ ਕਰਨ ਦੇ ਸਾਡੇ ਏਜੰਡੇ ਦਾ ਹਿੱਸਾ ਹੈ ਜੋ ਅਮਰੀਕਾ ਚੱਤੇ ਦੁਨੀਆ ਭਰ ਚ ਖਪਤਕਾਰਾਂ ਨੂੰ ਲਾਭ ਪਹੁੰਚਾਏਗਾ। ਅਮਰੀਕਾ ਸਮੇਤ ਕਈ ਪੱਛਮ ਦੇਸ਼ਾਂ ਤੇ ਯੂਕਰੇਨ ਰੂਸ ਦੇ ਹਮਲੇ ਖਿਲਾਫ ਸਖਤ ਰਵੱਈਆ ਅਪਣਾਏ ਹੋਏ ਨੇ ਅਤੇ ਉਹਨਾਂ ਨੇ ਰੂਸ ਤੇ ਕਈ ਆਰਥਿਕ ਪਾਬੰਦੀਆਂ ਵੀ ਲਗਾਈਆਂ ਨੇ ਪਰ ਇਨ੍ਹਾਂ ਪਾਬੰਦੀਆਂ ਤੋਂ ਬੇਅਸਰ ਰੂਸ ਨੇ ਯੂਕਰੇਨ ਖਿਲਾਫ ਆਪਣੀ ਮਿਹਮ ਜਾਰੀ ਰੱਖੀ ਹੋਈ ਹੈ। ਨਿਊ ਜਰਸੀ ਦੇ ਪੈਲਿਸੇਡਜ਼ ਇੰਟਰਸਟੇਟ ਪਾਰਕਵੇ ਤੇ ਬੀਤੇ ਦਿਨ ਵਾਪਰੇ ਸੜਕ ਖਾਸ ਦੇ ਵਿੱਚ ਬੈਨ ਵਿੱਚ ਸਵਾਰ 4 ਯਾਤਰੀਆਂ ਦੀ ਮੌਤ ਹੋ ਗਈ। ਇਹ ਭਿਆਨਕ ਖਾਸਾ ਐਗਲਵੁੱਡ ਕਲਿਫਸ ਵਿੱਚ ਪੈਰੀਸੋਡਿਸ ਇੰਟਰਸਟੇਟ ਪਾਰਕਵੇ ਨਿਊ ਜਰਸੀ ਦੇ ਵਿੱਚ ਸ਼ੁੱਕਰਵਾਰ ਤੜਕੇ ਖਾਏ ਵੇ ਉੱਤੇ ਵਾਪਰ ਰਿਆ ਯਾਤਰੀ ਬੈਨ ਵਿੱਚ ਕੁੱਲ 12 ਲੋਕ ਸਵਾਰ ਸਨ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸਾਰੇ ਨਿਊਯਾਰਕ ਸਿਟੀ ਤੋਂ ਨੇ ਅਤੇ ਵਾਪਸ ਜਾ ਰਹੇ ਸਨ ਇਹ ਲੋਕ ਇੱਕ ਵੇਅਰ ਹਾਊਸ ਤੋਂ ਚੈਸਟਰ ਔਰੇਂਜ ਕਾਉਂਟੀ ਵਿੱਚ ਹੈ ਉਹ ਉੱਥੇ ਕੰਮ ਕਰਦੇ ਨੇ ਜਦੋਂ ਹਾਦਸਾ ਗ੍ਰਸਤ ਬੈਨ ਵਿੱਚੋਂ ਪੀੜਤਾਂ ਨੂੰ ਬਾਹਰ ਕੱਢਿਆ ਗਿਆ ਤਾਂ ਚਾਰ ਲੋਕਾਂ ਨੂੰ ਮੌਕੇ ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਅਤੇ ਜ਼ਖਮੀ ਹੋਏ 8 ਲੋਕਾਂ ਨੂੰ ਇਸ ਖੇਤਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਲਜਾਇਆ ਗਿਆ। ਮਾਰੇ ਗਏ ਤੇ ਜ਼ਖਮੀ ਸਾਰੇ ਲੋਕ 스ਪੈਨਿਸ਼ ਮੂਲ ਦੇ ਨੇ ਨਿਊ ਜਰਸੀ ਦੇ ਪੈਲਿਸੇਡਸ ਇੰਟਰਸਟੇਟ ਪਾਰਕਵੇ ਤੇ ਬੀਤੇ ਦਿਨ ਵਾਪਰੇ ਸੜਕ ਖਾਸੇ ਵਿੱਚ ਬੈਂਚ ਸਵਾਰ ਚਾਰ ਯਾਤਰੀਆਂ ਦੀ ਮੌਤ ਹੋ ਗਈ। ਭਿਆਨਕ ਹਾਦਸਾ ਐਂਗਲਵੁੱਡ ਕਲਿਫਸ ਵਿੱਚ ਪੈਲਿਸਾਡੇਸ ਇੰਟਰਸਟੇਟ ਪਾਰਕਵੇ ਨਿਊ ਜਰਸੀ ਦੇ ਵਿੱਚ ਸ਼ੁੱਕਰਵਾਰ ਤੜਕੇ ਹਾਈਵੇ ਉੱਤੇ ਵਾਪਰਿਆ ਸੀ। ਅਮਰੀਕੀ ਪੁਲਾੜ ਏਜੰਸੀ ਨਾਸਾ ਸ਼ਨੀਚਰਵਾਰ ਨੂੰ ਲਗਾਤਾਰ ਦੂਜੀ ਵਾਰ ਵੀ ਆਪਣੇ ਨਵੇਂ ਚੰਦਰਮਾ ਮਿਸ਼ਨ ਨੂੰ ਲਾਂਚ ਕਰਨ ਚ ਸਫਲ ਰਹੀ ਪਹਿਲੀ ਕੋਸ਼ਿਸ਼ ਵੀ ਇਸੇ ਤਰ੍ਹਾਂ ਇੰਜਣ ਚ ਗੜਬੜੀ ਅਤੇ ਇਦਾਨ ਰਿਸਾਅ ਦੀ ਸਮੱਸਿਆ ਸਾਹਮਣੇ ਆਈ ਇਸ ਦੇ ਬਾਅਦ ਇਸ ਪ੍ਰੋਗਰਾਮ ਨੂੰ ਰੋਕ ਦਿੱਤਾ ਗਿਆ। NASA ਰਾਕਟ ਮਿਸ਼ਨ ਦੇ ذریعے ਚੰਦਰਮਾ ਤੇ ਇਨਸਾਨ ਭੇਜਣ ਤੋਂ ਪਹਿਲਾਂ ਇੱਕ ਪ੍ਰੀਖਣ ਕਰ ਰਿਹਾ। ਇਸ ਹਫਤੇ ਦੂਸਰੀ ਵਾਰ ਲਾਂਚ ਟੀਮ ਨੇ 322 ਫੁੱਟ ਰਾਕਟ 'ਚ ਲਗਭਗ 1 ਮਿਲੀਅਨ ਗੈਲਨ ਇਧਨ ਪੜਨਾ ਸ਼ੁਰੂ ਕੀਤਾ ਜੋ NASA ਦੁਆਰਾ ਨਿਰਮਿਤ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਰਾਕਟ ਹੈ। ਖਰਾਬ ਇੰਜਣ, ਸੈਂਸਰ ਅਤੇ ਲੀਕ ਹੋਣ ਵਾਲੇ ਇੰਦਨ ਦੇ ਕਾਰਨ ਤੋਂ ਵਾਰ ਦੀ ਕੋਸ਼ਿਸ਼ ਨੂੰ ਰੋਕ ਦਿੱਤਾ ਗਿਆ। ਨਾਸਾ ਨੇ ਕਿਹਾ ਕਿ ਉਸਤਾ ਪੁਲਾੜ ਲਾਂਚ ਸਿਸਟਮ ਰਾਕਟ ਕੈਪਸੂਲ ਚੰਦਰਮਾ ਦੇ ਨਜ਼ਦੀਕ ਪਹੁੰਚਣ ਦੀ ਕੋਸ਼ਿਸ਼ ਕਰੇਗਾ ਤੇ ਇਸ ਦੇ ਬਾਅਦ ਵਾਪਸ ਆ ਜਾਏਗਾ। ਨਾਸਾ ਚੰਦਰਮਾ ਦੇ ਚਾਰੇ ਪਾਸੇ ਰਾਕਟ ਦੇ ਉੱਪਰ ਕਰੂ ਕੈਪਸੂਲ ਭੇਜਣਾ ਚਾਹੁੰਦਾ ਹੈ। ਜੇਕਰ ਪ੍ਰੀਖਣ ਸਫਲ ਹੁੰਦਾ ਹੈ ਤਾਂ ਪੁਲਾੜ ਯਾਤਰੀ 2024 ਚ ਚੰਦਰਮਾ ਦੇ ਚਾਰੇ ਪਾਸੇ ਉੱਡ ਸਕਦੇ ਨੇ ਤੇ 2025 ਚ ਉਸ ਤੇ ਉਤਰ ਸਕਦੇ ਨੇ। ਅਮਰੀਕਾ ਦੇ ਰਾਜ ਮਿਸਿਸਿਪੀ ਦੀ ਰਾਜਧਾਨੀ ਜੈਕਸਨ ਦੇ ਵਸਨੀਕਾਂ ਨੂੰ ਪਿਛਲੇ 5 ਦਿਨਾਂ ਤੋਂ ਪੀਣ ਵਾਲਾ ਸਾਫ਼ ਪਾਣੀ ਨਹੀਂ ਮਿਲ ਰਿਹਾ ਬੀਤੇ ਸੋਮਵਾਰ ਬਾਰਿਸ਼ ਦੇ ਪਾਣੀ ਨੇ ਪਹਿਲਾਂ ਹੀ ਡਾਵਾ ਡੋਲ ਚੱਲ ਰਹੇ ਟ੍ਰੀਟਮੈਂਟ ਪਲਾਂਟ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਅਤੇ ਟ੍ਰੀਟਮੈਂਟ ਪਲਾਂਟ ਅਜੇ ਤੱਕ ਸਾਫ਼ ਪਾਣੀ ਮੁਹੱਈਆ ਕਰਵਾਉਣ ਵਿੱਚ ਅਸਮਰਥ ਰਿਹਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਟ੍ਰੀਟਮੈਂਟ ਪਲਾਂਟ ਸਿਸਟਮ ਮੁੜ ਸ਼ੁਰੂ ਕਰਨ ਲਈ ਅਹਿਮ ਪ੍ਰਗਤੀ ਹੋਈ ਹੈ ਪਰ ਜੈਕਸਨ ਦੇ ਅੰਦਾਜ਼ਨ 1.5 ਲੱਖ ਵਸਨੀਕਾਂ ਨੂੰ ਸਾਫ਼ ਪਾਣੀ ਦੀ ਸਪਲਾਈ ਕਦੋਂ ਸ਼ੁਰੂ ਹੋਏਗੀ ਇਸ ਬਾਰੇ ਸਥਿਤੀ ਸਪਸ਼ਟ ਨਹੀਂ ਹੈ ਜੈਕਸਨ ਵਾਸੀਆਂ ਨੂੰ ਉਬਲਿਆ ਪਾਣੀ ਪੀਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਨੇ ਸਥਾਨਕ ਵਾਸੀ ਪੀਣ ਲਈ ਖਾਣਾ ਬਣਾਉਣ ਲਈ ਤੇ ਦੰਦ ਸਾਫ਼ ਕਰਨ ਲਈ ਬੋਤਲ ਵਾਲਾ ਪਾਣੀ ਖਰੀਦਣ ਲਈ ਮਜਬੂਰ ਨੇ ਮੀਸੀਸੀਪੀ ਸਿਹਤ ਵਿਭਾਗ ਦੇ ਸਿਹਤ ਸੁਰੱਖਿਆ ਬਾਰੇ ਡਾਇਰੈਕਟਰ ਜੇਮ ਕੈਰੇਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਬਹਾਲੀ ਲਈ ਕੋਸ਼ਿਸ਼ਾਂ ਨਿਰੰਤਰ ਜਾਰੀ ਨੇ ਅਮਰੀਕਾ ਦੇ ਆਈਡਾਹੋ ਰਾਜ ਦੇ ਸਾਬਕਾ ਵਿਧਾਇਕ 에ਰੋਨ ਵਾਨ ਅਹਲਿੰਗਰ ਨੂੰ ਜ਼ਬਰ ਜਨਾਹ ਦੇ ਇੱਕ ਮਾਮਲੇ 'ਚ 20 ਸਾਲ ਦੀ ਸਜ਼ਾ ਸੁਣਾਈ ਗਈ ਹੈ 40 ਸਾਲਾ ਅਹਲਿੰਗਰ ਇੱਕ 19 ਸਾਲਾ ਲੜਕੀ ਨਾਲ ਜ਼ਬਰ ਜਨਾਹ ਕਰਨ ਦਾ ਦੋਸ਼ੀ ਪਾਇਆ ਗਿਆ ਅੜਾ ਕਾਉਂਟੀ ਡਿਸਟ੍ਰਿਕਟ ਜੱਜ ਮਿਸ਼ੇਲ ਰੈਡਨ ਨੇ ਅਹਲਿੰਗਰ ਨੂੰ ਦੋਸ਼ੀ ਮੰਨਦਿਆਂ 20 ਸਾਲ ਦੀ ਸਜ਼ਾ ਸੁਣਾਉਂਦਿਆਂ ਆਪਣੇ ਆਦੇਸ਼ ਵਿੱਚ ਲਿਖਿਆ ਹੈ ਕਿ ਦੋਸ਼ੀ 8 ਸਾਲ ਬਾਅਦ ਪੈਰੋਲ ਲਈ ਦਰਖਾਸਤ ਦੇ ਸਕਦਾ ਹੈ ਕਾਉਂਟੀ ਦੇ ਵਕੀਲ ਜਾਨ ਨੇ ਪੀੜਤ ਜ਼ੈਨ ਡੋਏ ਵੱਲੋਂ ਮਾਮਲੇ ਦੀ ਜਾਂਚ ਦੀ ਪੂਰੀ ਸੁਣਵਾਈ ਦੌਰਾਨ ਵਿਖਾਏ ਹੌਸਲੇ ਦੀ ਤਾਰੀਫ਼ ਕੀਤੀ ਹੈ ਤੇ ਉਸ ਦਾ ਧੰਨਵਾਦ ਕੀਤਾ ਹੈ। ਅਮਰੀਕਾ ਭਾਰਤ ਦੋ-ਦੋ ਇੰਟਰਨੈਸ਼ਨਲ ਮੀਟਿੰਗਾਂ ਅਤੇ ਸਮੁੰਦਰੀ ਸੁਰੱਖਿਆਤ ਗੱਲਬਾਤ ਵਿੱਚ ਹਿੱਸਾ ਲੈਣ ਲਈ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਦਾ ਸਮੂਹ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰੇਗਾ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਹ ਗੱਲਬਾਤ 5 ਤੋਂ 8 ਸਤੰਬਰ ਤੱਕ ਚੱਲੇਗੀ। ਕੈਨੇਡਾ ਦੇ ਪੂਰਬੀ ਸੂਬੇ ਨਿਊ ਫਾਉਂਡਲੈਂਡ ਅਤੇ ਲਾਬਰਾਡੋਰ ਦੇ ਇੱਕ ਕਸਬੇ ਵਿੱਚ ਰਿਫਾਇਨਰੀ ਵਿੱਚ ਹੋਏ ਧਮਾਕੇ 'ਚ 8 ਕਰਮਚਾਰੀ ਜ਼ਖਮੀ ਹੋ ਗਏ ਨੇ ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਸ਼ੁੱਕਰਵਾਰ ਨੂੰ ਜਾਰੀਕ ਬਿਆਨ ਵਿੱਚ ਕਿਹਾ ਕਿ ਸਾਰੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਜਾਇਆ ਗਿਆ ਜਿੱਥੇ ਕੁਝ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਮੀਡੀਆ ਰਿਪੋਰਟਾਂ ਵਿੱਚ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕੀ ਤਮਾਕਾ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਕਮ 22 ਚਾਂਸ ਸ਼ਹਿਰ ਵਿੱਚ ਸਥਿਤ ਇੱਕ ਰਿਫਾਇਨਰੀ ਵਿੱਚ ਹੋਇਆ ਰਿਫਾਇਨਰੀ ਦਾ ਸੰਚਾਲਨ ਕਰਨ ਵਾਲੀ ਕੰਪਨੀ ਬਰੀਆ ਨੇ ਇੱਕ ਬਿਆਨ ਚ ਤਮਾਕੇ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਸਥਿਤੀ ਤੇ ਕਾਬੂ ਪਾ ਲਿਆ ਗਿਆ ਹੈ ਹੈਲਥ ਕੈਨੇਡਾ ਵੱਲੋਂ ਮੋਡਰਨਾ ਦੀ ਨਵੀਂ ਵੈਕਸੀਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਜੋ ਕਰੋਨਾ ਵਾਇਰਸ ਦੇ ਓਮਿਕਰੋਨ ਵਾਇਰਸ ਤੋਂ ਬਚਾਅ ਕਰੇਗੀ ਸਿਹਤ ਮੰਤਰੀ ਜ਼ੀਨ ਇਨਡਾਕਲੋਸ ਨੇ ਦੱਸਿਆ ਕਿ ਓਮਿਕਰੋਲ ਬੂਸਟਰ ਦੀਆਂ 7,80,000 ਖੁਰਾਕਾਂ ਕੈਨੇਡਾ ਪਹੁੰਚ ਰਹੀਆਂ ਨੇ ਡਿਕਾਲਸ ਨੇ ਕਿਹਾ ਕਿ ਆਉਂਦੇ ਸਿਆਲ ਵਿੱਚ ਕਰੋਨਾ ਮਹਾਮਾਰੀ ਮੁੜ ਸਿਰ ਚੁੱਕ ਸਕਦੀ ਹੈ ਜਿਸ ਨੂੰ ਵੇਖਦਿਆਂ ਨਾ ਵੀ ਵੈਕਸੀਨ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ ਹੁਣ ਤੱਕ ਕੇਵਲ 60% ਕੈਨੇਡਾ ਵਾਸੀਆਂ ਨੇ ਬੂਸਟਰ ਡੋਜ਼ ਲਗਵਾਈ ਹੈ ਅਤੇ ਇਨ੍ਹਾਂ ਹਾਲਾਤਾਂ ਵਿੱਚ ਓਮਿਕਰੋਨ ਵੇਰੀਐਂਟ ਕਹਿਰ ਟਾ ਸਕਦਾ ਹੈ ਵੈਕਸੀਨੇਸ਼ਨ ਦੀ ਦਰ 90% ਦੀ ਤੱਕ ਪਹੁੰਚਣ ਮਗਰੋਂ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਘਟਾਈ ਜਾ ਸਕਦੀ ਹੈ ਕੈਨੇਡਾ ਵਿੱਚ ਕਾਰਾਂ ਖੋਣ ਜਾਂ ਚੋਰੀ ਕਰਨ ਦੇ ਮਾਮਲਿਆਂ ਵਿੱਚ ਪੰਜਾਬੀਆਂ ਦੇ ਨਾਮ ਉੱਭਰ ਕੇ ਸਾਹਮਣੇ ਆ ਰਹੇ ਨੇ ਤਾਜ਼ਾ ਮਾਮਲਾ অন্ਟਾਰੀਓ ਦੇ ਯਾਕ ਰੀਜਨ ਵਿੱਚ ਸਾਹਮਣੇ ਆਇਆ ਜਿੱਥੇ ਪੁਲਿਸ ਵੱਲੋਂ 25 ਸਾਲ ਦੇ ਗੁਰਪ੍ਰੀਤ ਸਿੰਘ ਵਿਰੁੱਧ ਗ੍ਰਿਫਤਾਰੀ ਬਰੰਡ ਜਾਰੀ ਕੀਤੇ ਗਏ ਨੇ ਯਾਕ ਕ੍ਰਿਨਲ ਪੁਲਿਸ ਨੇ ਦੱਸਿਆ ਕਿ ਬੀਤੇ ਸੋਮਵਾਰ ਨੂੰ ਨਿਊ ਮਾਰਕੀਟ ਦੇ ਈਗਲ ਸਟਰੀਟ ਵੈਸਟ ਅਤੇ ਡੇਵਿਸ ਡਰਾਈਵ ਇਲਾਕੇ ਵਿੱਚ 78 ਸਾਲ ਦੀ ਬਜ਼ੁਰਗ ਔਰਤ ਤੋਂ ਕਾਰ ਖੋਣ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਦੇ ਮੁਤਾਬਕ ਬਜ਼ੁਰਗ ਔਰਤ ਆਪਣੀ ਕਾਰ ਪਾਰਕਿੰਗ ਲੋਟ ਵਿੱਚ ਖੜੀ ਕਰਨ ਮਗਰੋਂ ਬਾਹਰ ਨਿਕਲੀ ਸੀ ਕਿ ਇੱਕ ਸ਼ਖਸ ਆਇਆ ਅਤੇ ਔਰਤ ਨੂੰ ਤੱਕਾ ਦੇ ਕੇ ਜ਼ਮੀਨ ਤੇ ਸੁੱਟ ਦਿੱਤਾ ਇਸੇ ਦੌਰਾਨ ਉਸਨੇ ਔਰਤ ਤੋਂ ਕਾਰ ਦੀਆਂ ਚਾਬੀਆਂ ਖੋਹ ਲਈਆਂ ਤੇ ਗੱਡੀ ਲੈ ਕੇ ਫਰਾਰ ਹੋ ਗਿਆ ਪਾਕਿਸਤਾਨ ਵਿੱਚ ਭਾਰੀ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਇਸ ਹੜ੍ਹ ਚ ਜਾਨ ਮਾਲ ਦਾ ਕਾਫੀ ਨੁਕਸਾਨ ਹੋ ਰਿਹਾ ਸਥਿਤੀ ਇਹ ਹੈ ਕਿ ਪਾਕਿਸਤਾਨ ਸਰਕਾਰ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਮਦਦ ਦੀ ਅਪੀਲ ਕੀਤੀ ਹੈ ਇਸ ਦੌਰਾਨ ਪਾਕਿਸਤਾਨ ਦੇ ਵਿਨਾਸ਼ਕਾਰੀ ਹੜ੍ਹਾਂ ਕਾਰਨ ਦੇਸ਼ ਵਿੱਚ ਕਰੀਬ 1300 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਫੌਜ ਦਾ ਰਾਹਤ ਕਾਰਜ ਜਾਰੀ ਹੈ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ ਚ ਪਿਛਲੇ 24 ਘੰਟਿਆਂ ਚ 29 ਲੋਕਾਂ ਦੀ ਹੋਰ ਮੌਤ ਹੋ ਗਈ ਹੈ ਇਸ ਨਾਲ ਦੇਸ਼ ਵਿੱਚ ਜੂਨ ਤੋਂ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 1290 ਹੋ ਗਈ ਸੀ ਇਸ ਦੌਰਾਨ ਪਾਕਿਸਤਾਨ ਦੀਆਂ ਸਰਕਾਰੀ ਏਜੰਸੀਆਂ ਅਤੇ ਨਿੱਜੀ ਗੈਰ ਸਰਕਾਰੀ ਸੰਗਠਨ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਮਦਦ ਵਧਾ ਰਹੇ ਨੇ ਇਸ ਸਮੇਂ ਦੇਸ਼ ਦਾ ਵੱਡਾ ਹਿੱਸਾ ਪਾਣੀ ਵਿੱਚ ਡੁੱਬਿਆ ਹੋਇਆ ਹੈ ਖਾਸ ਤੌਰ ਤੇ بلوچستان ਖੈਬਰ ਪਖਤੂਨਖਵਾ ਅਤੇ ਸਿੰਧ ਪਰਸ਼ਾਂਤ ਸ਼ਾਮਲ ਨੇ ਜ਼ੀਓ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਸਿੰਧ ਵਿੱਚ ਘੱਟੋ ਘੱਟ 180 ਲੋਕ ਮਾਰੇ ਗਏ ਨੇ ਇਸ ਤੋਂ ਬਾਅਦ ਖੈਬਰ ਪਖਤੂਨਖਵਾ ਵਿੱਚ ਅਤੇ بلوچستان ਵਿੱਚ ਵੀ ਲੋਕ ਮਾਰੇ ਗਏ ਨੇ ਇਸ ਤੋਂ ਇਲਾਵਾ ਹੜ੍ਹ ਵਿੱਚ ਘੱਟੋ ਘੱਟ 146819 ਘਰਾਂ ਦੀਆਂ ਪੂਰੀ ਤਰ੍ਹਾਂ ਨੁਕਸਾਨੇ ਗਏ ਨੇ ਜਦਕਿ 736408 ਪਸ਼ੂ ਹੜ੍ਹ ਕਾਰਨ ਮਾਰੇ ਗਏ ਨੇ ਯੂਰੋਪੀ ਮਹਾਦੀਪ ਵਿੱਚ ਸਥਿਤ ਦੇਸ਼ ਚੈਕ ਗਣਰਾਜ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਤੇਜ਼ ਹੋ ਗਏ ਨੇ ਸ਼ਨੀਵਾਰ ਨੂੰ ਸੱਤਾਧਾਰੀ ਪਾਰਟੀ ਦੇ ਖਿਲਾਫ ਰੈਲੀ 'ਚ ਦੂਰ ਦਰਾਜ ਦੇ ਇਲਾਕਿਆਂ ਤੋਂ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਸ਼ਿਰਕਤ ਕੀਤੀ ਪੁਲਿਸ ਦਾ ਅੰਦਾਜ਼ਾ ਹੈ ਕਿ ਪ੍ਰਾਗ ਸੈਂਟਰਲ ਵੈਂਸਲਾਸ ਸਕੁਆਇਰ ਤੇ ਨਿਰਾਜ਼ ਲੋਕਾਂ ਦੀ ਗਿਣਤੀ ਕਰੀਬ 70000 ਹੈ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੁਝ ਸਿਆਸੀ ਪਾਰਟੀਆਂ ਨੇ ਕੀਤੀ ਜਿਸ ਵਿੱਚ ਡਾਇਰੈਕਟਡ ਡੈਮੋਕ੍ਰੇਸੀ ਪਾਰਟੀ ਤੇ ਕਮਿਊਨਿਸਟ ਪਾਰਟੀ ਸ਼ਾਮਲ ਹੈ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਰੂੜੀਵਾਦੀ ਪ੍ਰਧਾਨ ਮੰਤਰੀ ਪੀਟਰ ਫਿਆਲਾ ਦੀ ਅਗਵਾਈ ਵਾਲੀ ਮੌਜੂਦਾ ਗੱਟਚੋੜ ਸਰਕਾਰ ਦੇ ਅਸਤੀਫਾ ਦੀ ਮੰਗ ਕੀਤੀ ਹੈ ਦਰਸਲ ਇਹ ਲੋਕ ਸਰਕਾਰ ਦੀ ਪੱਛਮੀ ਦੇਸ਼ਾਂ ਦੀ ਹਮਾਇਤ ਵਾਲੀਆਂ ਨੀਤੀਆਂ ਸਮੇਤ ਕਈ ਮੁੱਦਿਆਂ ਤੋਂ ਨਿਰਾਸ਼ ਨੇ ਅਤੇ ਲਗਾਤਾਰ ਇਸ ਦੀ ਆਲੋਚਨਾ ਕਰ ਰਹੇ ਨੇ ਪ੍ਰਧਾਨ ਮੰਤਰੀ ਫਿਆਲਾ ਨੇ ਕਿਹਾ ਕਿ ਕਿਸੇ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਪਰ ਪ੍ਰਦਰਸ਼ਨਕਾਰੀ ਰੂਸਪੱਖੀ ਵਿਚਾਰ ਪ੍ਰਗਟ ਕਰ ਰਹੇ ਨੇ ਜੋ ਚੈੱਕ ਗਣ ਰਾਜ ਅਤੇ ਸਾਡੇ ਨਾਗਰਿਕਾਂ ਦੇ ਹਿੱਤ ਵਿੱਚ ਨਹੀਂ ਹੈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਭਾਰਤੀ ਮੂਲ ਦੇ ਪਹਿਲੇ ਸੰਸਦ ਮੈਂਬਰ ਦੇ ਤੌਰ ਤੇ ਸ਼ਾਮਲ ਹੋ ਕੇ ਇਤਿਹਾਸ ਰਚਣ ਵਾਲੇ ਰਿਸ਼ੇਸ਼ ਤੁਨਕਨੇਸ਼ ਸ਼ਨੀਵਾਰ ਨੂੰ ਆਪਣੀ ਟੀਮ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਆਪਣੀ ਰੈਡੀ ਫਾਰ ਰਿਸ਼ੀ ਪ੍ਰਚਾਰ ਮਹਿੰਮ ਖਤਮ ਕੀਤੀ ਜ਼ਿਆਦਾਤਰ ਸਰਪੇਖਣ ਅਤੇ ਮੀਡੀਆ ਦੀਆਂ ਖਬਰਾਂ ਵਿੱਚ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਬੋਰਿਸ ਜੌਨਸਨ ਦਾ ਸਥਾਨ ਲੈਣ ਲਈ ਹੋਈਆਂ ਚੋਣਾਂ ਦੇ ਜਦੋਂ ਸੋਮਵਾਰ ਨੂੰ ਨਤੀਜੇ ਆਉਣਗੇ ਤਾਂ ਵਿਦੇਸ਼ ਮੰਤਰੀ ਲਿਸਟ ਰੱਖ ਜੇਤੂ ਹੋਏਗੀ ਪਰ ਸੁਨਕ ਨੇ ਟਵੀਟ ਕਰਕੇ ਜਿੱਤ ਦੀ ਉਮੀਦ ਪ੍ਰਗਟਾ ਦਿੱਤੀ ਹੈ ਉਹਨਾਂ ਨੇ ਕਿਹਾ ਕਿ VOTING ਹੁਣ ਬੰਦ ਹੋ ਗਈ ਹੈ ਮੇਰੇ ਸਾਰੇ ਸਾਥੀਆਂ ਪ੍ਰਚਾਰ ਟੀਮ ਅਤੇ ਮੈਨੂੰ ਮਿਲਣ ਵਾਲੇ ਸਾਰੇ ਮੈਂਬਰਾਂ ਨੂੰ ਤੁਹਾਡੇ ਸਮਰਥਨ ਲਈ ਧੰਨਵਾਦ ਸੋਮਵਾਰ ਨੂੰ ਮਿਲਦੇ ਹਾਂ ਭਾਰਤੀ ਮੂਲ ਦੇ ਸਾਬਕਾ ਵਿੱਤ ਮੰਤਰੀ ਸੁਨਕ ਨੇ ਆਪਣੀ ਮਹਿਮ ਨੂੰ ਵੱਧਦੀ ਮਹਿੰਗਾਈ ਗੈਰ ਕਾਨੂੰਨੀ ਇਮੀਗ੍ਰੇਸ਼ਨ ਬ੍ਰਿਟੇਨ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਅਪਰਾਧ ਨਾਲ ਨਜਿੱਠਣ ਅਤੇ ਸਰਕਾਰ ਵਿੱਚ ਵਿਸ਼ਵਾਸ ਬਹਾਲ ਕਰਨ ਲਈ 10 ਸੂਤਰੀ ਯੋਜਨਾ ਤੇ ਕੇਂਦ੍ਰਿਤ ਰੱਖਿਆ ਸੀ WhatsApp ਨੇ ਜੁਲਾਈ ਮਹੀਨੇ 'ਚ ਲਗਭਗ 24 ਲੱਖ ਅਕਾਊਂਟਸ ਨੂੰ ਬੈਨ ਕੀਤਾ ਹੈ ਇਸ ਦੀ ਜਾਣਕਾਰੀ ਐਪ ਨੇ ਵੀਰਵਾਰ ਨੂੰ ਦਿੱਤੀ ਹੈ ਇਹਨਾਂ ਅਕਾਊਂਟਸ ਨੂੰ ਆਈਟੀ ਨਿਯਮ 2021 ਤਹਿਤ ਬੈਨ ਕੀਤਾ ਗਿਆ ਪਿਛਲੇ ਮਹੀਨੇ ਦੇ ਮੁਕਾਬਲੇ ਬੈਨ ਹੋਏ ਅਕਾਊਂਟ ਦੀ ਗਿਣਤੀ ਵਧੀ ਹੈ ਕੰਪਨੀ ਨੇ ਜੂਨ ਮਹੀਨੇ ਵਿੱਚ 22 ਲੱਖ ਅਕਾਊਂਟਸ ਨੂੰ ਬੈਨ ਕੀਤਾ ਸੀ ਜੋ ਜੁਲਾਈ 'ਚ ਵਧ ਕੇ 23 ਲੱਖ ਤੋਂ ਜ਼ਿਆਦਾ ਹੋ ਗਏ ਨੇ ਇਹਨਾਂ ਅਕਾਊਂਟਸ ਨੂੰ ਯੂਜ਼ਰਜ਼ ਦੀ ਸ਼ਿਕਾਇਤ ਅਤੇ ਨਿਯਮਾਂ ਨੂੰ ਤੋੜਨ ਕਾਰਨ ਬੈਨ ਕੀਤਾ ਗਿਆ ਹੈ WhatsApp ਸਿੱਧਾ ਯੂਜ਼ਰਸ ਨੂੰ ਬੈਨ ਦਾ ਨੋਟਿਸ ਨਹੀਂ ਭੇਜ ਰਹੀ ਕੰਪਨੀ ਦਾ ਕਹਿਣਾ ਹੈ ਕਿ ਨਾ ਅਕਾਊਂਟਸ ਨੂੰ ਯੂਜ਼ਰਸ ਦੇ ਫੀਡਬੈਕ ਤੋਂ ਬਾਅਦ ਬੈਨ ਕੀਤਾ ਗਿਆ ਇਹਨਾਂ ਅਕਾਊਂਟਸ ਨੂੰ ਗਲਤ ਜਾਣਕਾਰੀ ਫੈਲਾਉਣ ਸਾਈਬਰ ਸਿਕਿਉਰਿਟੀ ਵਿੱਚ ਸਾਨੇ ਲਗਾਉਣ ਅਤੇ ਦੂਜੇ ਕਾਰਨਾ ਕਰਕੇ ਬੈਨ ਕੀਤਾ ਗਿਆ ਹੈ ਕਈ ਯੂਜ਼ਰਸ ਨੇ ਦੁਰਵਿਵਹਾਰ ਦੀ ਸ਼ਿਕਾਇਤ ਕੀਤੀ ਹੈ WhatsApp ਨੂੰ ਜੁਲਾਈ ਮਹੀਨੇ ਚ 574 ਸ਼ਿਕਾਇਤਾਂ ਮਿਲੀਆਂ ਇਸ ਪਲੇਟਫਾਰਮ ਤੇ ਭਾਰਤ ਵਿੱਚ 40 ਕਰੋੜ ਤੋਂ ਜ਼ਿਆਦਾ ਯੂਜ਼ਰਸ ਨੇ ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਨਾਲ ਅਕਾਊਂਟਸ ਨੂੰ ਆਈਟੀ ਨਿਯਮ 2021 ਤਹਿਤ ਬੈਨ ਕੀਤਾ ਗਿਆ ਜੁਲਾਈ ਮਹੀਨੇ ਵਿੱਚ ਕੰਪਨੀ ਨੇ ਲੱਖਾਂ ਦੇ ਹਿਸਾਬ ਦੇ ਨਾਲ ਅਕਾਊਂਟਸ ਬੈਨ ਕੀਤੇ ਦਰਅਸਲ WhatsApp ਹਰ ਮਹੀਨੇ ਜੋ ਹੈ ਅਕਾਊਂਟਸ ਨੂੰ ਬੈਨ ਕਰਦਾ ਹੈ ਜੋ ਆਪਣੇ ਪਲੇਟਫਾਰਮ ਤੋਂ ਰਿਮੂਵ ਕਰਦਾ ਹੈ ਇਸ ਲਿਸਟ ਵਿੱਚ ਉਹ ਅਕਾਊਂਟਸ ਹੁੰਦੇ ਨੇ ਜਿਨ੍ਹਾਂ ਤੇ ਯੂਜ਼ਰਸ ਨੇ ਰਿਪੋਰਟ ਕੀਤਾ ਹੁੰਦਾ ਜਾਂ ਫਿਰ ਜਿਨ੍ਹਾਂ ਨੇ ਆਪਦੀ ਪਾਲਿਸੀ ਦੀ ਉਲੰਘਣਾ ਕੀਤੀ ਹੁੰਦੀ ਹੈ ਪਿੰਡ ਰੋਣੇ ਖੁਰਦ ਵਿਖੇ ਸਵੇਰੇ 5 ਵਜੇ ਭਾਰਤ ਦੇ ਸਮੇਂ ਦੇ ਅਨੁਸਾਰ ਅਣਪਛਾਤੇ ਵਿਅਕਤੀ ਨੇ 25 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਿਆ ਇਹ ਵਾਰਤਤਾ ਕੀਤੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਰੋਣੋ ਖੁਰਦ ਦੇ ਕਿਸਾਨ ਸੱਜਣ ਸਿੰਘ ਦੇ ਘਰ ਸਵੇਰੇ ਆਟੀਗਾ ਕਾਰ 'ਚ 4-5 ਅਣਪਛਾਤੇ ਵਿਅਕਤੀ ਆਏ। ਉਕਤ ਲੋਕ ਨਕਲੀ ਆਮਦਨ ਟੈਕਸ ਅਧਿਕਾਰੀ ਬਣ ਕੇ ਘਰ ਅੰਦਰ ਵੜ ਗਏ। ਕਿਸਾਨ ਨੂੰ ਛਾਪੇ ਮਾਰੀ ਦੀ ਗੱਲ ਕਹਿ ਕੇ ਉਸਤੇ ਪਿਸਤੌਲ ਤਾਣ ਦਿੱਤੇ ਤੇ ਘਰ 'ਚ 25 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਏਡੀ ਵੱਡੀ ਲੁੱਟ ਨੂੰ ਕੇਵਲ 20 ਤੋਂ 25 ਮਿੰਟ ਵਿੱਚ ਅੰਜਾਮ ਦੇ ਦਿੱਤਾ। ਇਹ ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਹਿਲੀ ਨਜ਼ਰ ਚਲਾ ਕੇ ਰਹਾ ਕਿ ਲੁੱਟ ਦੀ ਵਾਰਦਾਤ ਨੂੰ ਕਿਸੇ ਭੇਤੀ ਨਹੀਂ ਅੰਜਾਮ ਦਿੱਤਾ। ਲੁਟੇਰਿਆਂ ਨੂੰ ਪਤਾ ਸੀ ਕਿ ਕਿਸਾਨ ਸੱਜਣ ਸਿੰਘ ਨੇ ਜ਼ਮੀਨ ਦਾ ਸੌਦਾ ਕਰਕੇ ਉਸ ਨੂੰ ਖਰੀਦਣਾ ਸੀ ਜਿਸ ਦਾ ਬਿਆਨਾ ਦੇਣ ਲਈ 25 ਲੱਖ ਰੁਪਏ ਘਰ 'ਚ ਰੱਖੇ ਸੀ। ਫਲਹਾਲ ਡੀਐਸਪੀ ਦੀ ਅਗਵਾਈ 'ਚ ਪੁਲਿਸ ਟੀਮ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤਣ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਨ ਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬੀ ਲਈ US TV ਜ਼ਰੂਰ ਸਬਸਕ੍ਰਾਈਬ ਕਰੋ ਸਾਸਟ੍ਰਿਆ ਕਾਲ